ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਵੈਦ ਸ਼ਿਵ ਕੁਮਾਰ ਅੱਜ ਤੁਹਾਨੂੰ ਦਰਦਾਂ ਵਾਸਤੇ ਇੱਕ ਤੇਲ ਦੀ ਵਿਧੀ ਦੱਸਣ ਲੱਗੇ ਹਾਂ ਜੋ ਬਹੁਤ ਹੀ ਲਾਜਵਾਬ ਤੇਲ ਆ। ਬਹੁਤ ਵਾਰੀ ਅਜਮਾਇਆ ਹੋਇਆ, ਵਰਤਿਆ ਹੋਇਆ, ਦਰਦਾਂ ਤੇ ਜਾਦੂ ਵਰਗਾ, ਖਾਸ ਕਰਕੇ ਗੋਡਿਆਂ ਦੇ ਦਰਦ ਤੇ ਲੱਕ ਦੇ ਦਰਦ ਚ ਜਾਦੂ ਵਰਗਾ ਅਸਰ ਦਿਖਾਉਂਦਾ। ਇਹ ਤੁਹਾਨੂੰ ਵਿਧੀ ਦੱਸਣ ਲੱਗੇ ਹਾਂ ਬਣਾਉਣ ਦੀ। ਬਹੁਤ ਸੌਖਾ, ਆਸਾਨ, ਤੁਸੀਂ ਘਰ ਹੀ ਇਹਨੂੰ ਬਣਾ ਲੈਣਾ। ਸਸਤਾ ਹੀ ਸਮਾਨ ਹੈ, ਇਹ ਚ ਕੋਈ ਮਹਿੰਗਾ ਜ਼ਿਆਦਾ ਸਮਾਨ ਨਹੀਂ। ਬਸ ਬਣਾਉਣ ਦੀ ਵਿਧੀ ਧਿਆਨ ਨਾਲ ਸਮਝ ਲਿਓ ਇਸ ਵੀਡੀਓ ਨੂੰ ਦੇਖ ਕੇ, ਠੀਕ ਹੈ ਜੀ। ਤੇ ਇਸ ਸਭ ਤੋਂ ਵੱਡੀ ਗੱਲ ਆ ਜਿਹੜੀ, ਇਹ ਅਸੀਂ ਅੱਜ ਖੰਨੇ ਬਿਰਧ ਆਸ਼ਰਮ ਚ ਆਏ ਆ ਇਸ ਤੇਲ ਦੀ ਵਿਧੀ ਦੱਸਣ ਵਾਸਤੇ। ਇੱਥੇ ਬਜ਼ੁਰਗਾਂ ਨੂੰ ਬਹੁਤ ਦਰਦ ਸੀ, ਇਹਨਾਂ ਨੇ ਤਾਂ ਵਰਤਿਆ ਵੀ ਆ। ਬਜ਼ੁਰਗਾਂ ਨੇ ਤੇਲ ਕਿਵੇਂ ਆ ਜੀ? ਬਹੁਤ ਵਧੀਆ, ਬਹੁਤ ਅੱਛਾ, ਪੂਰਾ ਆਰਾਮ ਆ ਜੀ, ਬਿਲਕੁਲ ਐਨ ਠੀਕ ਠਾਕ ਆ, ਕੋਈ ਦਰਦ ਨੀ, ਕੋਈ ਕੁਛ ਨੀ ਹੁੰਦਾ, ਠੀਕ ਹੈ, ਬਿਲਕੁਲ ਸਹੀ ਚੱਲ ਰਿਹਾ, ਬਿਲਕੁਲ ਠੀਕ ਹੈ। ਇਹਨਾਂ ਨੇ ਵਰਤਿਆ ਪਹਿਲਾਂ ਤੇਲ, ਇਹਨਾਂ ਨੂੰ ਬਣਾ ਕੇ ਅਸੀਂ ਦਿੱਤਾ ਸੀ, ਇਹ ਹੁਣ ਵੀ ਲਿਆਉਂਦੇ ਨੇ। ਇਹਨਾਂ ਦੇ ਮਿਸਿਜ ਦੇ ਗੋਡੇ ਕਾਫੀ ਦੁਖਦੇ ਸੀ, ਇਹ ਬਿਰਧ ਆਸ਼ਰਮ ਚ ਬਜ਼ੁਰਗ ਰਹਿੰਦੇ ਨੇ, ਕਾਰਨ ਤਾਂ ਨੀ ਪਤਾ ਵੀ ਕਿਉਂ, ਚਲੋ ਮਾਲਕ ਦੀ ਰਜ਼ਾ ਹੁੰਦੀ ਆ। ਇਸ ਕਰਕੇ ਮੈਂ ਸੋਚਿਆ ਵੀ ਇਹ ਸਭ ਤੋਂ ਜਿਹੜਾ ਪੁੰਨ ਵਾਲਾ ਕੰਮ ਆ, ਇੱਥੇ ਆ ਕੇ ਕੀਤਾ ਜਾਵੇ ਬਿਰਧ ਆਸ਼ਰਮ ਦੇ ਵਿੱਚ। ਲੋ ਹੁਣ ਆਪਾਂ ਵਿਧੀ ਦੱਸਣ ਲੱਗੇ ਹਾਂ ਤੁਹਾਨੂੰ ਚੰਦ ਮਿੰਟਾਂ ਚ। ਸਾਰਾ ਸਮਾਨ ਨੋਟ ਕਰੋ ਪਹਿਲਾਂ ਤਾਂ, ਕੀ ਚਾਹੀਦਾ ਸਾਨੂੰ, ਇਹ ਪੂਰੀ ਸਮੱਗਰੀ ਦੇਖ ਲਓ ਤੁਸੀਂ, ਇਹਨੂੰ ਨੋਟ ਕਰ ਲਓ, ਤੁਸੀਂ ਇਹਨੂੰ ਖੜਾ ਕੇ ਵੀਡੀਓ ਨੂੰ ਦੇਖ ਵੀ ਸਕੋਗੇ। ਲੌਂਗ 50 ਗ੍ਰਾਮ, ਦਾਲਚੀਨੀ 50 ਗ੍ਰਾਮ, ਮਜੀਠ 50 ਗ੍ਰਾਮ, ਮੁਸ਼ਕਪੂਰ 50 ਗ੍ਰਾਮ, ਤਿਲ ਦਾ ਤੇਲ 500 ਗ੍ਰਾਮ, ਲਸਣ 100 ਗ੍ਰਾਮ, ਪਾਣੀ 3 ਲੀਟਰ ਚਾਹੀਦਾ ਸਾਨੂੰ। ਇੱਕ ਸਾਨੂੰ ਗੈਸ ਜਾਂ ਸਟੋਵ ਜੋ ਘਰਾਂ ਚ ਆਮ ਹੁੰਦਾ ਹੀ ਆ, ਹਰੇਕ ਦੇ ਚੁੱਲ੍ਹਾ ਹੋਵੇ, ਕੁਛ ਵੀ ਹੋਵੇ, ਉਹਦੇ ਤੇ ਇਹ ਆਪਾਂ ਬਣਾ ਸਕਦੇ ਹਾਂ। ਆ ਸਾਰੀਆਂ ਸਮੱਗਰੀਆਂ ਦੇ ਆ, ਮਜੀਠ ਤੇ ਮੜੀ ਦਿਖਾ ਦੋ, ਬਾਕੀ ਦਾ ਸਾਰਾ ਪਤਾ ਹੀ ਹੈ, ਨੇੜੇ ਕਰਕੇ ਦਿਖਾ ਦੋ। ਮਜੀਠ ਲਸਣ ਵੀ ਆਮ ਘਰਾਂ ਚ ਹੁੰਦਾ ਹੀ ਹੈ ਸਾਡੇ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਵਿਧੀ ਦੀ, ਇਹ ਚੀਜ਼ਾਂ ਦਾ ਦੈੜਾ ਕਰ ਲੈਣਾ ਆਪਾਂ ਨੇ। ਕਿਹੜੀਆਂ ਚੀਜ਼ਾਂ ਦਾ? 3 ਚੀਜ਼ਾਂ ਦਾ, ਲੌਂਗ, ਦਾਲਚੀਨੀ ਤੇ ਮਜੀਠ। ਇਹਨਾਂ ਚੀਜ਼ਾਂ ਦਾ ਦੈੜਾ ਜਿਹਾ ਕਰਕੇ ਇੱਦਾਂ ਦਾ ਦੈੜਾ ਕਰ ਲੈਣਾ, ਇੱਦਾਂ ਦਾ ਦੈੜਾ ਕਰਕੇ ਇਹਨੂੰ 3 ਲੀਟਰ ਪਾਣੀ ਚ ਪਾ ਲੈਣਾ। 3 ਲੀਟਰ ਚ ਪਾਣੀ ਚ ਪਾ ਕੇ ਇਹਨੂੰ ਆਪਾਂ ਨੇ ਗੈਸ ਤੇ ਸਿਮ ਕਰਕੇ, ਬਿਲਕੁਲ ਘੱਟ ਅੱਗ ਤੇ, ਤੇਜ਼ ਅੱਗ ਤੇ ਨਹੀਂ, ਵੀ ਫਟਾਫਟ ਨਹੀਂ, ਬਿਲਕੁਲ ਘੱਟ ਤੋਂ ਜਿੰਨੀ ਘੱਟ ਤੋਂ ਘੱਟ ਸੇਕ ਹੋ ਸਕੇ ਉਨੇ ਤੇ ਰੱਖ ਕੇ 2.5 ਲੀਟਰ ਪਾਣੀ ਉਡਾ ਦੇਣਾ ਵਿੱਚੋਂ, ਉਬਲਦਾ ਰਹਿਣ ਦੋ, ਭਾਂਡੇ ਨੂੰ ਥੋੜਾ ਜਿਹਾ ਢੱਕ ਦੋ, ਢੱਕਣ ਰੱਖ ਕੇ ਥੋੜਾ ਜਿਹਾ ਖੁੱਲਾ ਰਹੇ, ਉੜੀ ਜਾਵੇ ਤੇ ਪਾਣੀ ਉੜੀ ਜਾਵੇ। ਜਦੋਂ 500 ਗ੍ਰਾਮ ਜਾਣੀ 1/2 ਲੀਟਰ ਪਾਣੀ ਰਹਿ ਗਿਆ, ਉਹਨੂੰ ਆਪਾਂ ਨੇ ਲਾ ਲੈਣਾ ਅੱਗ ਤੋਂ, ਲਾ ਕੇ ਪੁਣ ਲੈਣਾ ਉਹਨੂੰ, ਪਾਣੀ ਨੂੰ ਪੁਣ ਕੇ ਫਿਰ ਉਹਦੇ ਚ ਤਿਲਾਂ ਦਾ ਤੇਲ ਆ ਜਿਹੜਾ, ਵਧੀਆ ਤਿਲਾਂ ਦਾ ਤੇਲ ਲਿਓ, ਦੇਖ ਕੇ ਵਧੀਆ ਦੁਕਾਨਦਾਰ ਤੋਂ, ਤਿਲਾਂ ਦਾ ਤੇਲ 1/2 ਲੀਟਰ ਉਹ ਪਾਣੀ ਹੋਊਗਾ ਜੜੀਆਂ ਬੂਟੀਆਂ ਦਾ ਜਿਹੜਾ ਤਿਆਰ ਕੀਤਾ ਵਾ, ਉਹਦੇ ਚ ਪਾ ਦੇਣਾ। ਫਿਰ ਆਪਾਂ ਨੇ ਇਹਨੂੰ ਸੇਕ ਤੇ ਰੱਖ ਦੇਣਾ, ਸੇਕ ਤੇ ਰੱਖਣ ਤੇ ਫਿਰ ਉਨੀ ਕੁ ਦੇਰ ਰੱਖਣਾ ਜਦੋਂ ਪਾਣੀ ਖਤਮ ਹੋ ਜਾਵੇ, ਸਿਰਫ ਸਾਡੇ ਕੋਲੇ 1/2 ਲੀਟਰ ਮਟੀਰੀਅਲ ਰਹਿ ਜਾਵੇ, ਸਿਰਫ ਤੇਲ ਬਾਕੀ ਰਹਿ ਜਾਵੇ, ਪਾਣੀ ਖਤਮ ਹੋ ਜਾਵੇ। ਪਾਣੀ ਆਪਾਂ ਹੱਥ ਤੇ ਲਾ ਕੇ ਠੰਡਾ ਕਰਕੇ ਥੋੜਾ ਦੇਖ ਸਕਦੇ ਹਾਂ ਵੀ ਪਾਣੀ ਦਾ ਅੰਸ਼ ਨਾ ਆਵੇ ਵਿੱਚ, ਬਿਲਕੁਲ ਤੇਲ ਰਹਿ ਜਾਵੇ। ਜਦੋਂ ਤੇਲ ਸਾਡੇ ਕੋਲੇ ਰਹਿ ਗਿਆ, ਫਿਰ ਆ ਮੁਸ਼ਕਪੂਰ ਆ ਜਿਹੜਾ, ਇੱਦਾਂ ਦਾ ਤੇਲ ਤਿਆਰ ਹੋ ਜਾਣਾ। ਇਹਦੇ ਚ ਆਪਾਂ ਨੇ ਮੁਸ਼ਕਪੂਰ ਇੱਦਾਂ ਹੱਥ ਨਾਲ ਭੋਰ ਕੇ ਪਾਉਣਾ, 50 ਦਾ 50 ਗ੍ਰਾਮ, ਕੁੱਟਣਾ ਨਹੀਂ ਮੁਸ਼ਕਪੂਰ ਨੂੰ, ਇੱਦਾਂ ਭੋਰ ਕੇ ਆ, ਦੇਖੋ ਇਹ ਭੁਰ ਜਾਂਦਾ, ਜੇ ਵਧੀਆ ਮੁਸ਼ਕਪੂਰ ਹੋਊਗਾ ਇੱਦਾਂ ਭੁਰੂਗਾ। ਇਹ ਭੁਰ ਕੇ ਆਪਾਂ ਨੇ ਸਾਰਾ 50 ਦਾ 50 ਗ੍ਰਾਮ ਮੁਸ਼ਕਪੂਰ ਇਸ ਤੇਲ ਚ ਪਾ ਦੇਣਾ, ਫਿਰ ਇਹਨੂੰ 5 ਮਿੰਟ ਪਿਆ ਰਹਿਣ ਦੇਣਾ। 5 ਮਿੰਟ ਤੋਂ ਬਾਅਦ ਜਿਹੜਾ ਲਸਣ ਸਾਡੇ ਕੋਲੇ, ਲਸਣ ਆ ਜਿਹੜਾ, ਉਹਦਾ ਇੱਦਾਂ ਦਾ ਪੇਸਟ ਤਿਆਰ ਕਰ ਲੈਣਾ। ਇਹ ਪੇਸਟ ਨੂੰ ਅਸੀਂ ਤੇਲ ਚ ਪਾ ਕੇ ਹੀ ਰੱਖ ਲੈਣਾ ਬਸ, ਇਹ ਲਸਣ ਨੂੰ ਪੇਸਟ ਨੂੰ, ਲਸਣ ਦੇ ਨੂੰ ਤੇਲ ਚ ਪਾ ਕੇ ਰੱਖ ਲੈਣਾ। ਫਿਰ ਜਦੋਂ ਵੀ ਲਾਉਣਾ, ਐ ਹੱਥ ਲਾ ਕੇ ਥੋੜਾ ਜਿਹਾ ਲਸਣ ਵਿੱਚੇ ਤੇਲ ਦੇ ਵਿੱਚੇ ਤੇਲ, ਇੱਦਾਂ ਮਾਲਿਸ਼ ਕਰਨੀ ਆ ਆਰਾਮ ਨਾਲ, ਚੰਗੀ ਤਰ੍ਹਾਂ ਮਾਲਿਸ਼ ਕਰੋ, ਗੋਡਿਆਂ ਤੇ ਲਾਓ, ਗੋਡਿਆਂ ਤੇ ਲਾ ਕੇ ਬਿਲਕੁਲ ਰਾਤ ਪੱਟੀ ਵੀ ਬੰਨ ਸਕਦੇ ਹਾਂ ਉੱਪਰ ਆਪਾਂ, ਜੇ ਪਿੱਠ ਚ ਦਰਦ ਆ ਤਾਂ ਇੱਦਾਂ ਹੀ ਲਾ ਸਕਦੇ ਹਾਂ, ਪੈਣ ਲੱਗੇ ਲਾ ਸਕਦੇ ਹਾਂ। ਇੱਕ ਧਿਆਨ ਰੱਖਣਾ ਵੀ ਠੰਡੇ ਪਾਣੀ ਨਾਲ ਨਹੀਂ ਨਹਾਉਣਾ ਜਿੰਨੇ ਦਿਨ ਆਪਾਂ ਨੇ ਤੇਲ ਦੀ ਵਰਤੋਂ ਕਰਨੀ ਆ, ਠੀਕ ਹੈ ਜੀ। ਬੈਵਾਦੀ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ,
ਅਚਾਰ ਚੌਲ ਮਾਂਹ ਇਹ ਚੀਜ਼ਾਂ ਦਾ ਥੋੜਾ ਵਾਏ ਵਾਲੀਆਂ ਚੀਜ਼ਾਂ ਦਾ ਪਰਹੇਜ਼ ਰੱਖਣਾ ਇਹ ਤੇਲ ਜਾਦੂ ਵਰਗਾ ਅਸਰ ਕਰੂਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਹਿਲਾਂ ਵਰਤੋ ਤੇ ਇਹਨੂੰ ਸ਼ੇਅਰ ਵੀ ਕਰੋ ਹੋਰ ਲੋਕਾਂ ਦਾ ਭਲਾ ਹੋ ਸਕੇ ਇਸ ਮਾਮਲੇ ਚ ਵੀ ਬਹੁਤ ਲੋਕਾਂ ਨੂੰ ਗੋਡੇ ਬਦਲਣ ਦੀ ਸਲਾਹ ਦਿੱਤੀ ਜਾਂਦੀ ਆ ਬਹੁਤ ਕੁਛ ਕੀਤਾ ਜਾਂਦਾ ਬਹੁਤ ਲੜਾਈ ਹੋ ਰਹੀ ਆ ਦੋਸਤੋ ਅਸੀਂ ਇਹ ਇੱਕ ਮੁੱਦਾ ਚੱਕਿਆ ਵੀ ਲੋਕਾਂ ਨੂੰ ਲੁੱਟ ਤੋਂ ਬਚਾਉਣਾ ਤੁਸੀਂ ਇਹਨੂੰ ਘਰੇ ਤਿਆਰ ਕਰਕੇ ਹੋਰਾਂ ਨੂੰ ਵੀ ਦੋ ਤੇਲ ਜਿਵੇਂ ਅੱਧਾ ਲੀਟਰ ਤਿਆਰ ਹੋ ਗਿਆ ਤੁਸੀਂ ਕਿਸੇ ਬਜ਼ੁਰਗ ਨੂੰ ਕਿਸੇ ਨੇੜੇ ਕੋਈ ਬਜ਼ੁਰਗ ਆ ਉਹਨੂੰ ਵੀ ਦੇ ਸਕਦੇ ਹਾਂ ਤੁਹਾਨੂੰ ਉਹਦੀਆਂ ਅਸੀਸਾਂ ਵੀ ਮਿਲਣਗੀਆਂ ਠੀਕ ਹੈ ਜੀ ਤੇ ਸਾਡਾ ਨੰਬਰ ਨੋਟ ਕਰ ਲਓ 9914808777 9988065801 ਇਹ ਬਿਲਕੁਲ ਘਰੇਲੂ ਨੁਸਖਾ ਤੇ ਦੂਜੀ ਇੱਕ ਮਾਫੀ ਵੀ ਮੰਗਾਂਗੇ ਕਈ ਵਾਰੀ ਲੋਕਾਂ ਦੀਆਂ ਬਹੁਤ ਫੋਨ ਕਾਲਸ ਆਉਂਦੀਆਂ ਨੇ ਨਹੀਂ ਅਟੈਂਡ ਕਰ ਪਾਉਂਦੇ ਤਾਂ ਤੁਸੀਂ ਵਟਸਐਪ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਵੀ ਕੁਐਰੀ ਹੋਊ ਕੋਈ ਵੀ ਕੁਛ ਪੁੱਛਣਾ ਵਟਸਐਪ ਤੇ ਬੋਲ ਕੇ ਮੈਸੇਜ ਕਰ ਦਿਆ ਕਰੋ ਮੈਂ ਵੀ ਬੋਲ ਕੇ ਉਹਦਾ ਜਵਾਬ ਦੇ ਦਿੰਦਾ ਹੋਰ ਕਿਸੇ ਕਿਸਮ ਦੀ ਆ ਤੁਸੀਂ ਸਰਹੰਦ ਆ ਵੀ ਸਕਦੇ ਹੋ ਦਿੱਤੇ ਆਯੁਰਵੈਦਿਕ ਫਾਰਮੇਸੀ ਸੋਢੀ ਕਲੋਨੀ ਸਰਹੰਦ ਇਹ ਸਾਡਾ ਐਡਰੈਸ ਹੈ GT ਰੋਡ ਦੇ ਨੇੜੇ ਹੀ ਹੈ ਤੁਸੀਂ ਕਦੇ ਵੀ ਆ ਕੇ ਵੀ ਮਿਲ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਇਹ ਘਰੇਲੂ ਨੁਸਖਾ ਇਹਨੂੰ ਬਣਾਓ ਕੋਈ ਨੁਕਸਾਨ ਨਹੀਂ ਇਹਦਾ ਮੈਂ ਧੰਨਵਾਦ ਕਰਦਾ ਸਾਰੇ ਬਜ਼ੁਰਗਾਂ ਦਾ ਤੇ ਪੰਡਿਤ ਜੀ ਦਾ ਖਾਸ ਕਰਕੇ ਖੁਸ਼ਪਾਲ ਚੰਦ ਜੀ ਦਾ ਜਿਹੜੇ ਬਹੁਤ ਬਜ਼ੁਰਗਾਂ ਦੀ ਸੇਵਾ ਕਰਦੇ ਨੇ ਇਹਨਾਂ ਨੇ ਕਿਹਾ ਵੀ ਇਹ ਜ਼ਰੂਰ ਉਪਰਾਲਾ ਤੁਸੀਂ ਬਿਰਧਾ ਆਸ਼ਰਮ ਚ ਆ ਕੇ ਕਰੋ ਇੱਥੋਂ ਸ਼ੁਰੂ ਕੀਤਾ ਇਹ ਦੋਸਤੋ ਤੁਸੀਂ ਇਹਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਧੰਨਵਾਦ